ਕਾਂਗਰਸ ਸਰਕਾਰ ਨੇ ਜਿੱਥੇ ਦੀ ਆਈ ਆ ਖਤਮ ਕਰਤਾ। ਟਰੱਕ ਯੂਨੀਅਨ ਨੂੰ ਜਿੰਦਾ ਲਵਾਤਾ, ਗੱਡੀਆਂ ਕਬਾੜੀਆਂ ਨੂੰ ਵਿਕਿਆਤੀਆਂ। ਜਿੱਥੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਦਾ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ, ਉੱਥੇ ਹੀ ਹੁਣ ਵੱਖ ਵੱਖ ਯੂਨੀਅਨਾਂ ਨੇ ਵੀ ਆਪਣੇ ਖੋਏ ਹੋਏ ਹੱਕਾਂ ਖਿਲਾਫ਼ ਹੁਣ ਝੰਡੇ ਗੱਢ ਦਿੱਤੇ ਨੇ। ਮਾਮਲਾ ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦਾ ਹੈ, ਜਿੱਥੇ ਟਰੱਕ ਓਪਰੇਟਰਾਂ ਨੇ ਕਾਂਗਰਸ ਪਾਰਟੀ ਖਿਲਾਫ਼ ਆਪਣਾ ਗੁੱਸਾ ਜ਼ਾਹਰ ਕਰਦਿਆਂ ਆਪਣੇ ਘਰਾਂ ਦੇ ਬਾਹਰ ਬੈਨਰ ਲਗਾ ਦਿੱਤੇ ਨੇ, ਜਿਸ ਵਿੱਚ ਉਹਨਾਂ ਨੇ ਕਾਂਗਰਸੀ ਉਮੀਦਵਾਰਾਂ ਨੂੰ ਉਹਨਾਂ ਦੇ ਘਰ ਵੋਟ ਮੰਗਣ ਨਾ ਆਉਣ ਲਈ ਕਿਹਾ ਹੈ। ਦੱਸ ਦਈਏ ਕਿ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਂਦਿਆਂ ਹੀ ਟਰੱਕ ਯੂਨੀਅਨ ਨੂੰ ਭੰਗ ਕਰ ਦਿੱਤਾ ਗਿਆ ਸੀ, ਜਿਸ ਨਾਲ ਕਈ ਟਰੱਕ ਓਪਰੇਟਰਾਂ ਦਾ ਰੁਜ਼ਗਾਰ ਖਤਮ ਹੋ ਗਿਆ ਸੀ। ਇਸ ਸੰਬੰਧ ਵਿੱਚ ਟਰੱਕ ਓਪਰੇਟਰਾਂ ਨੇ ਕਿਹਾ ਹੈ ਕਿ ਉਹ ਕਾਂਗਰਸੀ ਉਮੀਦਵਾਰਾਂ ਦਾ ਧੁਰੋਂ ਵਿਰੋਧ ਕਰਦੇ ਨੇ ਤੇ ਪਿੰਡ ਪਿੰਡ ਜਾ ਕੇ ਅਜਿਹੇ ਬੈਨਰ ਲਾ ਕੇ ਉਹਨਾਂ ਦਾ ਰੋਸ ਵੀ ਜ਼ਾਹਿਰ ਕਰਨਗੇ। ਦੋਨੇ ਪ੍ਰਧਾਨ ਖੜੇ ਨੇ ਜਿਹੜੇ, ਇਹ ਜਿੰਨੇ ਵੀ ਓਪਰੇਟਰ ਖੜੇ ਆ, ਇਹਨਾਂ ਨੂੰ ਕਾਂਗਰਸ ਸਰਕਾਰ ਨੇ ਜਿੱਦੇ ਦੀ ਆਈ ਆ ਖਤਮ ਕਰਤਾ, ਤੇ ਇਹਨਾਂ ਨੇ ਪੋਸਟਰ ਛਪਾਏ ਆ ਹੁਣ ਜਿਹੜੇ, ਇਹਨਾਂ ਨੇ ਪੂਰੇ ਬਰਨਾਲੇ ਤੇ ਸੰਗਰੂਰ ਦੇ ਵਿੱਚ ਕਾਂਗਰਸ ਸਰਕਾਰ ਦਾ ਵਿਰੋਧ ਕਰਨਾ। ਇਹਨਾਂ ਨੇ ਸਾਰੇ ਘਰ ਘਰ ਜਾ ਰਹੇ ਆ, ਘਰ ਘਰ ਜਾ ਕੇ ਕੰਪੇਨ ਕਰ ਰਹੇ ਆ ਵੀ ਤੁਸੀਂ ਕਾਂਗਰਸ ਨੂੰ ਵੋਟ ਨਹੀਂ ਪਾਉਣੀ। ਸਾਬਕਾ ਪ੍ਰਧਾਨ ਟਰੱਕ ਯੂਨੀਅਨ ਧਨੌਲਾ, ਜੋ ਵੀ ਪੇਮੈਂਟ ਸੀਜ਼ਨ ਦੀ ਹੁੰਦੀ ਸੀ ਜਾਂ ਟੈਂਡਰ ਹੁੰਦੇ ਸੀ, ਟਰੱਕ ਯੂਨੀਅਨ ਦੇ ਨਾਂ ਪਾਏ ਜਾਂਦੇ ਸੀ, ਓਪਰੇਟਰਾਂ ਨੂੰ ਪੂਰੀ ਦੀ ਪੂਰੀ ਪੇਮੈਂਟ ਦਿੱਤੀ ਜਾਂਦੀ ਸੀ। ਪਰ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ, ਇਹਨਾਂ ਨੇ ਆਪਦੇ ਬੰਦਿਆਂ ਨੂੰ ਟੈਂਡਰ ਦੇ ਕੇ, ਘੱਟ ਰੇਟਾਂ ਦੇ ਟੈਂਡਰ ਦੇ ਕੇ ਓਪਰੇਟਰਾਂ ਦਾ ਬੁਰਾ ਹਾਲ ਕਰਤਾ, ਟਰੱਕ ਯੂਨੀਅਨ ਨੂੰ ਜਿੰਦਾ ਲਵਾਤਾ, ਗੱਡੀਆਂ ਕਬਾੜੀਆਂ ਨੂੰ ਵਿਕਿਆਤੀਆਂ। ਪਰ ਅਸੀਂ ਕਾਂਗਰਸ ਪਾਰਟੀ ਕੋਲੇ 3-4 ਵਾਰੀ ਅਕਾਲੀ ਹੋਣ ਦੇ ਨਾਤੇ ਕਾਂਗਰਸ ਪਾਰਟੀ ਕੋਲੇ ਗਏ ਵੀ ਸਾਡੇ ਓਪਰੇਟਰਾਂ ਨੂੰ ਜਿਹੜਾ ਬਣਦਾ ਮਾਣ ਸਨਮਾਨ ਦਿੱਤਾ ਜਾਵੇ, ਟੈਂਡਰ ਦਿੱਤੇ ਜਾਣ, ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕਰੀ। ਹੁਣ ਅਸੀਂ ਤਹੀਆ ਕਰਿਆ, ਸਾਰੇ ਓਪਰੇਟਰਾਂ ਨੇ, ਲੇਬਰ ਯੂਨੀਅਨਾਂ ਨੇ, ਟਰੱਕ ਡਰਾਈਵਰ ਕਨੈਕਟਰ ਸਾਰਿਆਂ ਨੇ ਵੀ ਅਸੀਂ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਜਾ ਕੇ ਇਕੱਲੀਆਂ ਇਕੱਲੀਆਂ ਯੂਨੀਅਨਾਂ 'ਚ ਪ੍ਰਚਾਰ ਕਰਾਂਗੇ, ਓਪਰੇਟਰਾਂ ਕੋਲੇ, ਲੇਬਰਾਂ ਕੋਲੇ ਜਾ ਕੇ ਕਰਾਂਗੇ ਵੀ ਕਾਂਗਰਸ ਨੂੰ ਬਾਈ ਵੋਟ ਨਾ ਪਾਇਓ, ਜੋ ਕਿ ਟਰੱਕ ਯੂਨੀਅਨਾਂ ਨੇ ਖਤਮ ਕਰਤੀ। ਗੁਰਪ੍ਰੀਤ ਸਿੰਘ ਜਟਾਣਾ, ਸਾਬਕਾ ਪ੍ਰਧਾਨ ਟਰੱਕ ਯੂਨੀਅਨ ਧਨੌਲਾ। ਆਹ ਸਾਰੇ ਓਪਰੇਟਰ ਖੜੇ ਨੇ, ਕਿਸੇ ਦਾ ਇੱਕ ਗਲੀ ਵਾਲਾ ਕੋਈ ਪੈਸਾ ਨਹੀਂ ਦੇਣਾ, ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ। ਪਰ ਜਿੱਦੇ ਦੀ ਕਾਂਗਰਸ ਸਰਕਾਰ ਆਈ ਆ, ਇਹਨੇ ਬੇੜਾ ਗਰਕ ਕਰਤਾ ਟਰੱਕ ਯੂਨੀਅਨ ਧਨੌਲੇ ਦਾ। ਸਾਰੇ ਓਪਰੇਟਰ ਜਮ੍ਹਾਂ ਮਾਰਦੇ ਇਹਨਾਂ ਨੇ ਜੀ। ਅਸੀਂ ਆਈ ਸਰਕਾਰ ਕੋਲੇ ਬੇਨਤੀ ਕਰਦੇ ਹਾਂ ਕਿ ਇਹ ਲੋਕਾਂ ਨੂੰ ਬਚਾਇਆ ਜਾਵੇ। ਹੁਣ ਦੇਖਣਾ ਇਹ ਹੋਏਗਾ ਕਿ ਕਸਬੇ ਵਿੱਚੋਂ ਉੱਠਿਆ ਟਰੱਕ ਓਪਰੇਟਰਾਂ ਦਾ ਵਿਰੋਧ ਕਾਂਗਰਸ ਲਈ ਪੂਰੇ ਪੰਜਾਬ ਵਿੱਚ ਵਕਤ ਪਾਉਂਦਾ ਹੈ ਜਾਂ ਨਹੀਂ। ਜੇਕਰ ਇਹ ਵਿਰੋਧ ਪੂਰੇ ਪੰਜਾਬ ਵਿੱਚ ਹੁੰਦਾ ਹੈ ਤਾਂ ਕੈਪਟਨ ਸਾਹਿਬ ਇਸ ਮਾਮਲੇ ਦਾ ਹੱਲ ਕਰਨ ਲਈ ਕੀ ਕਦਮ ਚੁੱਕਦੇ ਨੇ? ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।